इन्हां ने 4 महीने पहले कैप्टन साहब लाता, उस तक 4 DGP चेंज करते, इन्होंने अपने अफसर का विश्वास नहीं। जो 10 करोड़ फड़िया गया ना, इन्हें बोलियां लाइया, बोलियां 8 करोड़ 10 करोड़। खबर है बलात्कारी कौंसलर है जी, बलात्कारी बलात्कारी करके रोला जी, बलात्कारी लुधियाने का प्रधान और रिकॉर्ड कह रहे हैं परमिंदर मेहता कौंसल इन्हें मुंह तो चिक्कड़ छिल रहे हैं। हुण मैनू दसो जे इन्हां दे कांग्रेसी आप इन्हां दे कह रहे हैं, साडे कहिण दी तां लोड़ नहीं, असीं तां मोहर ला रहे हैं सिर्फ। इन्हां दा गरीब मुख्यमंत्री जिहड़ा इक इह गल कहिंदा सी मैं गरीब जरूर हाँ पर कमजोर नहीं, ओहदे रिश्तेदार दे करो 10 करोड़ रुपया फड़िया गया। सिविल हॉस्पिटल की गल की, अज चल जाओ उत्थे डॉक्टर नाल वो अंदर वध आवारा कुत्ते घूमदे पए आ। ਬਿਲਕੁਲ ਲੈਣਾ ਹੀ ਚੋਰਾਂ ਦਾ, ਜਿਹੜੇ ਚੋਰ ਨੇ ਡਾਵਰ ਉਹਦਾ ਨਾਂ ਲੈਣਾ ਹੀ ਹੈ, ਜਿਹੜੇ ਠੱਗੀਆਂ ਕਰਦੇ ਉਹਦਾ ਨਾਂ ਲੈਣਾ ਹੀ ਹੈ। ਅੱਜ ਵੀ ਮੈਂ ਮੈਡੀਕਲ ਕਰਾਉਣ ਗਿਆ, ਮੇਰਾ ਅਸਲੀ ਲਾਇਸੈਂਸ ਰੀਨਿਊ ਹੋਣਾ ਸੀ, ਕੱਲ੍ਹ ਸਾਰਾ ਦਿਨ ਉੱਥੇ ਖੜਾ ਰਿਹਾ, ਅੱਜ ਵੀ ਉੱਥੇ ਲਾਈਟ ਨਹੀਂ। ਸਿਵਲ ਹਸਪੀਟਲ ਜਿਹੜਾ ਐਡਾ ਵੱਡਾ ਹਸਪੀਟਲ, ਉਹਦੇ ਵਿੱਚ ਇੱਕ ਜਨਰੇਟਰ ਦਾ ਇੰਤਜ਼ਾਮ ਨਹੀਂ ਹੈ ਇਹਨਾਂ ਕੋਲ। ਆਹ ਹਾਲਾਤ ਆ ਸਿਵਲ ਹਸਪੀਟਲ, ਜਿਹੜੇ ਵਿਕਾਸ ਦੀਆਂ ਗੱਲਾਂ ਕਰ ਰਿਹਾ। ਜਿੰਨੇ ਕੰਮ ਕੀਤੇ ਨੇ ਗੁਸਾਈ ਸਾਹਿਬ ਨੇ ਕੀਤੇ ਨੇ, ਇਹ ਤਾਂ ਸਿਰਫ ਇਲਾਨਜੀਤ ਸੀਐਮ ਹੈ, ਨਾ ਇਹਨੇ ਕੰਮ ਕੀਤਾ ਤੇ ਨਾ ਇਹਨੇ ਕਰਨਾ। ਇੱਥੇ ਕਰਪਸ਼ਨ ਤੋਂ ਲੈ ਕੇ ਜੂਵੇ ਦੇ ਅੱਡੇ ਲੈ ਕੇ ਖਰਚੇ ਦੇ ਪਰਚੇ ਦਾ ਐਮਐਲਏ ਰਿਹਾ। ਤੁਸੀਂ ਇਹਨਾਂ ਨੂੰ ਕਹੋ ਬਿਨਾਂ ਸਿਕਿਉਰਿਟੀ ਤੋਂ ਇਕੱਲੇ ਜਾ ਕੇ ਗਲੀਆਂ 'ਚ ਲੰਘ ਕੇ ਦਿਖਾ ਦਿਓ, ਲੋਕ ਪੱਥਰ ਟਮਾਟਰ ਤਿਆਰ ਬੈਠੇ ਇਹਨਾਂ ਦੇ ਰੰਗ ਕਰਨ ਲਈ। ਇਹਨਾਂ ਦੇ ਪਰਚੇ ਦੇ ਖਰਚੇ ਰਾਜਨੀਤੀ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਕੀਤਾ। ਤੁਸੀਂ ਹੁਣ ਦੇਖ ਸਕਦੇ ਹੋ ਇਹਨਾਂ ਦਾ ਜੁਗੇਸ਼ ਹੰਡਾ, ਕਾਂਗਰਸੀ ਆਪ ਇਹ ਗੱਲ ਕਹਿ ਰਹੇ। ਤੁਸੀਂ ਈਡੀ ਕੋਲ ਦੇਖੋ ਇਹਨਾਂ ਦਾ ਅੱਜ 10 ਕਰੋੜ ਰੁਪਇਆ ਫੜਿਆ ਗਿਆ, ਅਤੇ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਇਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਗਲਤ ਕਮਾਈ ਆ ਉਹ ਥੋੜ੍ਹੀ ਫੜੀ ਜਾਂਦੀ। ਇੱਕੋ ਹੀ ਮੁੱਦਾ ਬਸ ਆ ਸੜਕ ਬਣਾਤੀ, ਹੋਰ ਕੋਈ ਨਹੀਂ ਜੀ। ਰਾਤ ਨੂੰ ਸਾਈਕਲ ਚਲਾ ਲਓ, ਬਾਕੀ ਤਾਂ ਦੱਸੋ ਬਾਕੀ ਤੁਸੀਂ ਕਿੱਥੇ ਪੈਸਾ ਕੀਤਾ ਸਾਰਾ। ਜਿਹੜੇ ਤੁਸੀਂ ਚੈੱਕ ਵੰਡੇ ਲੋਕਾਂ ਨੂੰ ਉਹ ਵੀ ਅੱਜ ਬਾਊਂਸ ਹੋਣੇ ਸ਼ੁਰੂ ਹੋ ਗਏ। ਜਿਹੜੀ ਵਿਕਾਸ ਦੀ ਗੱਲ ਇਹਨਾਂ ਨੂੰ ਹਨੇਰਾ ਨਜ਼ਰ ਆਉਂਦਾ, ਉਹ ਚਸ਼ਮਾ ਕੋਈ ਐਸਾ ਲਗਾ ਲੈਣ ਕਿ ਜਿਹਨਾਂ ਨੂੰ ਵਿਕਾਸ ਨਜ਼ਰ ਆ ਜਾਵੇ। ਇਹਨਾਂ ਦੇ ਵਾਰਡ ਦੇ ਵਿੱਚ ਜਦੋਂ ਮੌਤ ਹੋਈ ਤਾਂ ਡਿਬੇਟ ਦੇ ਵਿੱਚ ਕਿਹਾ ਗਿਆ ਵੀ ਸਾਨੂੰ ਆਪ ਨੂੰ ਪਤਾ ਵੀ ਨਸ਼ਾ ਕਿੱਥੇ ਵਿਕ ਰਿਹਾ, ਪਰ ਪੁਲਿਸ ਵਾਲੇ ਨਹੀਂ ਸਾਡੀ ਗੱਲ ਸੁਣ ਰਹੇ। ਜੇ ਸਰਕਾਰ ਤੁਹਾਡੀ ਹੈ ਤੇ ਪੁਲਿਸ ਵਾਲੇ ਤੁਹਾਡੀ ਗੱਲ ਨਹੀਂ ਸੁਣ ਰਹੇ, ਤੇ ਇਹ ਜੀ ਸਰਕਾਰ ਤੋਂ ਲੋਕਾਂ ਨੇ ਕੀ ਲੈਣਾ? ਜੇ ਕਹਿੰਦੇ ਆ ਵੀ ਜਨਤਾ ਨੂੰ ਪਤਾ ਜੂਏ ਦੇ ਅੱਡੇ ਕਿੱਥੇ ਆ ਤੇ ਇਹਨਾਂ ਨੂੰ ਨਹੀਂ ਪਤਾ? ਵੀ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈਗਾ, ਲਗਾਤਾਰ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਜਨਤਾ ਦੇ ਵਿੱਚ ਜਾ ਰਹੇ ਨੇ, ਜੋ ਪਿਛਲੇ 5 ਸਾਲ ਦੇ ਵਿੱਚ ਹੀ ਕੰਮ ਕੀਤੇ ਨੇ ਉਹਨਾਂ ਬਾਰੇ ਦੱਸ ਰਹੇ ਨੇ ਤੇ ਦੁਬਾਰਾ ਵੋਟਾਂ ਮੰਗ ਰਹੇ ਨੇ। ਅੱਜ ਅਸੀਂ ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿੱਚ ਖੜੇ ਆ, ਜਿੱਥੋਂ ਕਿ 2017 ਦੇ ਵਿੱਚ ਸੁਰਿੰਦਰ ਡਾਵਰ ਜਿਹੜੇ ਕਾਂਗਰਸ ਦੇ ਉਮੀਦਵਾਰ ਸੀਗੇ, ਇਹ 15 ਤੋਂ 18 ਹਜ਼ਾਰ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ। ਮੁੜ ਤੋਂ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਵੋਟਾਂ ਮੰਗਣ ਲਈ ਜਾ ਰਹੇ ਨੇ। ਇੱਕ ਵਾਰ ਫਿਰ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ, ਲੇਕਿਨ ਇਸ ਵਾਰ ਜਿਹੜਾ ਮੁਕਾਬਲਾ 5 ਕੋਣਾ ਬਣਿਆ ਹੋਇਆ, ਜਿਸ ਤਰ੍ਹਾਂ ਨਾਲ ਤੁਹਾਨੂੰ ਦੱਸ ਦਿੰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ, ਕਾਂਗਰਸ ਆ, ਭਾਰਤੀ ਜਨਤਾ ਪਾਰਟੀ ਜਿਹੜੀ ਕਿ ਵੱਖਰੇ ਤੌਰ 'ਤੇ ਲੜ ਰਹੀ ਆ, ਲੋਕ ਇਨਸਾਫ ਪਾਰਟੀ ਆ, ਸਮਾਜ ਮੋਰਚਾ ਹੈਗਾ, ਇਸ ਤੋਂ ਇਲਾਵਾ ਹੋਰ ਵੀ ਕਈ ਆਜ਼ਾਦ ਉਮੀਦਵਾਰ ਵੀ ਇਸ ਸੀਟ 'ਤੇ ਆਉਣਗੇ। ਕਾਫੀ ਦਿਲਚਸਪ ਮੁਕਾਬਲਾ ਹੋਣੇ ਵਾਲਾ। ਅਸੀਂ ਅੱਜ ਸ਼ੁਰੂਆਤ ਕਰਾਂਗੇ, ਕਾਂਗਰਸ ਦੇ ਜਿਹੜੇ ਵਰਕਰ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ 5 ਸਾਲ ਕਿਹੜੀ ਇਹੋ ਜਿਹੀ ਕਾਰਗੁਜ਼ਾਰੀ ਕੀਤੀ ਆ ਜਿਹੜੀ ਉਹ ਲੈ ਕੇ ਜਨਤਾ ਦੇ ਵਿੱਚ ਜਾਣਗੇ। ਆਮ ਆਦਮੀ ਪਾਰਟੀ ਵੀ ਇੱਥੇ ਇੱਕ ਜਿਹੜੇ ਕੈਂਡੀਡੇਟ ਉਮੀਦਵਾਰ ਨੇ ਇੱਥੋਂ, ਜਿਹੜੇ ਕਿ ਪਹਿਲਾਂ ਕਾਂਗਰਸ 'ਚ ਸੀ ਹੁਣ ਆਮ ਆਦਮੀ ਤੋਂ ਖੜ੍ਹੇ ਨੇ, ਉਹਨਾਂ ਦੇ ਵੀ ਵਰਕਰ ਆਏ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਸ਼ੁਰੂ ਕਰਾਂਗੇ ਕਾਂਗਰਸ ਤੋਂ, ਕਾਂਗਰਸ ਨੇ ਕੀ ਕੀਤਾ 5 ਸਾਲ ਜਨਤਾ ਲਈ, ਜਿਹੜੇ ਉਹ ਚੀਜ਼ਾਂ ਜਨਤਾ ਦੇ ਵਿੱਚ ਲੈ ਕੇ ਜਾਣਗੇ, ਜਨਤਾ ਤੋਂ ਵੋਟ ਮੰਗਣਗੇ। ਗੱਲ ਕਰਾਂਗੇ ਕਾਂਗਰਸ ਤੋਂ। ਗੁਰਦੀਪ ਨੀਟੂ ਜੀ, ਕੀ ਕਹਿਣਾ ਜੀ, ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਸੀਂ ਜਨਤਾ ਦੇ ਵਿੱਚ ਲੈ ਕੇ ਜਾਏਂਗੇ? ਸਭ ਤੋਂ ਪਹਿਲੇ ਤਾਂ ਮੈਂ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਭਾਰਦਵਾਜ ਜੀ, ਜਿਹੜਾ ਤੁਸੀਂ ਆਪਣੇ ਮਾਧਿਅਮ ਦੇ ਨਾਲ ਲੋਕਾਂ ਤੱਕ, ਲੋਕਾਂ ਨੂੰ ਜਾਗਰੂਕ ਕਰਕੇ ਵੋਟ ਕਿਸ ਤਰੀਕੇ ਨਾਲ ਪਵਾਉਣੀ ਹੈ ਉਸ ਨੂੰ ਜਾਗਰੂਕ ਕਰਨ ਵਾਸਤੇ ਤੁਸੀਂ ਡਿਬੇਟ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਪਹੁੰਚੇ ਆ, ਮੈਂ ਸਭ ਦਾ ਇੱਥੇ ਆਉਣ 'ਤੇ ਧੰਨਵਾਦ ਵੀ ਕਰਦਾ। ਔਰ ਨਾਲ ਮੈਂ ਕਹਿਣਾ ਚਾਹੁੰਦਾ ਕਿ ਸ਼੍ਰੀ ਸੁੰਦਰ ਡਾਵਰ ਜੀ 2017 ਦੇ ਵਿੱਚ 20 ਹਜ਼ਾਰ ਦੀਆਂ ਵੋਟਾਂ ਦੇ ਨਾਲ ਇਹ ਜਿੱਤੇ ਸੀਗੇ।
इस टाइम फिर पार्टी ने उन्होंने मौका दिता। जो सेंट्रल हल्के की गल करिए विकास की, विकास के बारे जी पब्लिक आ ज़्यादा जान रही है, पार्टियां लोग घट जानते हैं। क्यों विकास पब्लिक जानती है? क्योंकि पब्लिक के काम होए ने। सब तो पहले तो आप आ जाइए जिहड़ा अज नाला गुरद्वारा दुख निवारण साहब तो ये जा रहा सी शमशान इत्थे तक शगुन पैलेस तक, ये भावें बीजेपी कार्य दे विच शुरू होया सी, जिहड़ी पहली शुरुआत सी उह डावर साहब ने कराई सी। उस तो बाद 32 करोड़ की लागत दे नाल ये नाला जिहड़ा छतिया गया, उहदे उपर 5 करोड़ रुपए की स्मार्ट रोड का काम हो गया विकास के। इदों अलावा हुण की लैके जाएंगे जनता दे विच, किहड़े मुद्दे ने? इह तुसीं कहता विकास हो गया, हुण की मुद्दा है? सब तो वड्डा मुद्दा साडा रहेगा शिक्षा ते हैल्थ। शिक्षा वाले पासे असी वत्तवर स्कूल कॉलेज बनाने वास्ते जा रहे हैं, और हैल्थ वास्ते जिहड़ा भी कोई वड्डे होस्पिटल हैगे आ उह इत्थे होर लैके आ रहे हैं। जिहड़ा कोई सिविल होस्पिटल आ इहनू 400 बैड दा करन वास्ते जा रहे हैं। इहदे नाल जिहड़ियां होर बिल्डिंगां ने, जिहड़ा ESI होस्पिटल आ उहनू भी अपग्रेड करन वास्ते सारी गलबात हो रही है। क्योंकि लोगों का इस टाइम हैल्थ ते शिक्षा वाले पासे ज़्यादा रुझान है, क्योंकि बच्चे जिहड़े आ पढ़ लिख के अगे जाण, पढ़ लिख के वो अपना जिहड़ा जीवन है वो सफल कर सकन। ये साडी जिहड़ी है प्रायोरिटी होएगी, साडा मुद्दा हैगा विकास का। विकास के मुद्दे नूं लैके चले हाँ, कोई सानू वो नहीं है, किसी नाल साडा कोई वो नहीं है। मैं ये गल नाल पुछना चाहना जिहड़े विरोधी कांग्रेस पार्टी के विरोध खड़े आ, भी जो डावर साहब ने विकास के काम किए, जिहड़े विरोधियों ने कोई 5 सालों काम किया वह भी अपना उजागर कर। बिल्कुल, साढ़े नाल मनप्रीत मन्ना जी ने, अकाली BJP ने 10 साल इकट्ठा राज किया। मन्ना जी नाल भी गल करांगे, गोरा जी नाल भी गल करांगे। की कहना चाहते हो मन्ना जी, की तुसीं सोचते हो 5 सालों जी वो विकास होया, 10 साल विकास के नौते सरकार रही है, तो हुण 5 सालों के हो विकास करी? देखो जी, ये विकास की गल कर रहे हैं, गुआंढ के सिविल हॉस्पिटल जाके देखो विकास जो हो रहा। अज भी मैं मेडिकल कराने गया, मेरा असलिया लाइसेंस रीन्यू होना सी, कल सारा दिन उत्थे खड़ा रहा, अज भी उत्थे लाइट नहीं। सिविल हॉस्पिटल जिहड़ा एड्डा वड्डा हॉस्पिटल, उहदे विच इक जनरेटर का इंतजाम नहीं है इन्हां कोल। एक बार मैं चला गया तो पेशेंट बेचारे रो रहे हैं, कुलरा रहे हैं, उत्थे ना लाइट, रात का समा, ठंड इन्नी, उत्थे एक मतलब लोग दीवे बाल के बैठे है। आ हालात है सिविल हॉस्पिटल, जिहड़े विकास दीआं गल्लां कर रहे हैं, ये मुद्दे लेके जा रहे हो जनता दे विच? देखो देखो, जिहड़ा हल्का सेंटर दे विच सब तो पहला, सब तो वध जुए दे अड्डे हल्का सेंटर चल रहे, इस तो बाद जुआ किते नहीं, तो साढ़े जिहड़े नुमाइंदे आ उन्हां दी शह ते चल रहे हैं। उस तो बाद जे गल करिए इलाके दे विच चिट्टे दा व्यापार खुल के चल रहा, MLA साहब नूं भी पता चिट्टा कित्थे विक रहा, पर कार्रवाई नहीं, उहदा कारण की है? उस तो बाद जे गल करिए जिहड़े विकास दीआं गल्लां करदे, इन्हां ने तो विकास कोई नहीं किया। विकास गलियां नालियां दी गल है, वह कौंसलर दे काम है, कौंसलर कर रहे हैं, MLA साहब दस्सण इलाके च कोई कम्यूनिटी। बिल्कुल, साढ़े नाल गोरा जी ने भी जो की तुसीं 10 साल इकट्ठे रहे हो, तो 5 साल का हुण कांग्रेस का समा, हुण अलग लड़ रहे हो, की मुद्दे रहणगे, की कहने हो, विकास होया कि नहीं होया? देखो विकास जिथे आप हुण मौजूदा खड़े हैं भी गुसाई साहब की देन है, जिन्हें काम किए ने गुसाई साहब ने किए ने, यह तो सिर्फ लानजीत CM है ना, इन्हें काम किया तो ना इन्हें करना है। इत्थे करप्शन तो लैके जुए के अड्डे लैके खर्चे के परचे का MLA रहा है, इन्होंने जो कोई काम किया तो अज ये हाल थोड़ी होंगे। तुम इन्हों को कहो बिना सिक्योरिटी तो कल जाके गलिया च लंघ के दिखा दो, लोग पत्थर टमाटर तैयार बैठे इन्होंने रंग करने लिए, जो इन्होंने लोगों ने किया हूँ इन्हों भुगतना पैना। इन्होंने परचे के खर्चे राजनीति तो अलावा होर कुछ भी नहीं किया। तुम हम देख सकते हो इन्हों का जुगेश हांडा पप्पी प्रैशर जी, चाहे अज आम पार्टी चले गए ने, चाहे युगे अपना परमिंदर मेहता जी, रोज़ इन्हों के विधायक तो आप इल्जाम ला रहे हैं जुए के अड्डे के बदमाशी तो अलावा इन्होंने कुछ नहीं किया। जे कांग्रेस ही आप ये गल कह रहे, तुम ED को देखो इन्हों का अज 10 करोड़ रुपया फड़िया गया, तो जे इन्होंने कोई काम किया होंगे इन्हों के घर के जी गलत कमाई है वो थोड़ी फड़ी जाती, इन्होंने कोई काम नहीं किया, एक बदमाशी सिर्फ दिखाई है, बदमाशी तो अलावा इन्हों का कोई काम नहीं किया। आम आदमी पार्टी तो मैं बाद गल भी करा, सत्ताधारी पार्टी के वर्कर ने उन्होंने भी आम की कहना चाहते हो कांग्रेस चो आम आदमी चाहे ने, की लगता की मुद्दे ने, की मुद्दे लेके जाएंगे तुसी? देखो जी, कांग्रेस तो आम आदमी पार्टी में ता ही आए हैं क्योंकि उन्होंने उत्थे कोई कदर नहीं, कोई कदर नहीं पाता कांग्रेस के। आम आदमी पार्टी के दे देखो काम भी ने जो श्री केजरीवाल जी ने दिल्ली में भी किया, तो भी उन्होंने अपने अपने बंद भी अगे वधाया, और उन्होंने देखो की किया दिल्ली इन्ना काम, वो हुण पंजाब भी तो आएगा ना, कांग्रेस के पल्ले की है? ठीक है ना जी, इतने लड़ाइया झगड़े ने आपस उन्होंने आपस ही नहीं बनती, तो उन्होंने इतने की करना जी काम की? बिल्कुल, तुसी की कहना चाहते हो लोक इंसाफ पार्टी तो की सोचते हो, जिहड़ियां पार्टियां ने पुरानी पार्टियां ने, तुसी भी लंबे समय तो इत्थों लड़ रहे हो, की सोचते की मुद्दे लैके जाएंगे सेंट्रल दे विच? सेंट्रल दे विच तां पहलां तां जिहड़ा MLA साढ़े सेंट्रल कदो डावर साहब ने, तुहानूं पता विकास डुल पैंदा पिया, उन्हां दा इक्को ही मुद्दा बस आ सड़क बनाती, होर कोई नहीं जी, रात नूं सैकल चला लो, बाकी तां दसो बाकी तुसी कित्थे पैसा कीता सारा, जिहड़े तुसी चैक मंडे लोकां नूं, उह वी अज बाउंस होने शुरू हो गए।
जिहड़े जिहड़े तुसीं अपने चेत्यां नूं दिंदे हो पैसे चैक कट कट के दिंदे हो किसे नूं 3 लाख दा देता 2 लाख दा उंदी इंक्वायरी भी जरूर लगेगी उह भी तुहानूं दस्सांगे तुसीं पैसे लाया कित्थे हो। बिल्कुल गल करांगे की जवाब देना चाहुंदे हो थोतों पुछिया 5 साल जी विकास नहीं होया दस रहे ने जुए दे अड्डे चल रहे ने एक सड़क बड़ी है की कहना चाहुंदे इहनां दा की जवाब देना चाहुंदे। देखो मैं एक एक गल करांगा जिहड़ी विकास की गल इहनां नूं हनेरा नज़र आंदा उह चश्मा कोई ऐसा लगा लैण कि जिहनां नूं विकास नज़र आ जाए। मिनी रोज़ गार्डन देख लो उत्थे जाके बैडमिंटन कोर्ट बन रहा 4.5 करोड़ की लागत के नाल बन रहा ये स्मार्ट रोड बनी है 5 करोड़ की मेरे वार्ड के हल्के वार्ड नंबर 52 के 50 करोड़ की जगह जी 1 रुपए के जी लैके आती है सीएम साहब तो 8.5 करोड़ रुपए की 3 मंजिली बिल्डिंग जी बन के उ तैयार हो गई है और नाल कंपैक्टर जोड़े लग रहे हैं जिसे कूड़े ढेर लगे है और 1.5 करोड़ रुपए का एक कंपैक्टर हैगा और ऑर्डर दे दिए गए हैं और एक आ सिविल हॉस्पिटल के बाहर लगना कंपैक्टर एक लगना चीमा चौंक के बाहर लगना कंपैक्टर। दूसरी गल रहेगी कि जुए के अड्डे की गल है ये सारे पली पाते जानते हैं जनता जानती है भी कि जुए के अड्डे है मैं कहना चाहते जुए के अड्डे तो कहते भी सारा कुछ जनता जानती है। देखो जी जुए के अड्डे तो जोड़े है घर घर खुले है जोड़ा नशा हैगा वह भी घर घर विक रहा है। मेरे सत्कारयोग इतने नीटू जी खड़े है इन्हों के वार्ड के जो मौत हुई तो डिबेट के कहा गया भी सानू आप नू पता भी नशा कितने विक रहा पर पुलिस वाले नहीं साड़ी गल सुन रही। जे सरकार थोड़ी है तो पुलिस वाले थोड़ी गल नहीं सुन रहे तो यह जी सरकार तो लोगों ने की लेना जिथे गल करते हैं भी जी असी डिवेलपमेंट कराई है इन्हों की आपकी सरकार का ऐलान से भी जेडे कच्चे घर पक्का करने लिए असी 1.5 लाख रुपया देवे अजो 1.5 लाख कितने गया किसी 12,000 का चैक दिता वह भी बाउंस हो गया। जेडे विकास की गल करते भी असी स्कूल बनाया जनता पता जुए के अड्डे कितने है तो इन्हों नहीं पता मेरी एक बेनती करो एक मिनट मेरे को जनता पता जुए के अड्डे कितने इन्होंने जिन्हें जुए के अड्डे जिथे चिट्टा बिक रहा कला कला 5 साल इन्होंने काम क्यों नहीं किया काम इसे करके नहीं किया इन्होंने कांग्रेसी कार्यकर्ता से बिच मैं कहना रोज़ इन्हों के जेहे योगेश हांडे ने कहा 72 साल की उम्र चाहू घर बना चाहिए तो कम तो होंगे नहीं। लुधियाने का प्रधान ऑन रिकॉर्ड कह रहा परमिंदर मेहता कौंसल इन्होंने मूँह तो चिक्कड़ छिल रहे हैं हूँ मैंने दसो जे इन्हों के कांग्रेसी आप इन्हों कह रहे साढ़े कहने की तो लड़ नहीं असं तो मोर ला रहे हैं सिर्फ इन्होंने कामों की जो इन्होंने नुकसान अपनी पार्टी का तो किया पर जनता तो इन्होंने खत्म करता इन्होंने परचे के खर्चे तो अलावा काम ही कोई नहीं किया। जे तुम विकास से कहना मेरा घर इतों की सिर्फ 2 मिनट की दूरी से है 25 दिन हो गए ना सीवरेज ना पानी है गली पट्टी हुई है 2 दिन कारीगर आते हैं 2 दिन नहीं आते छुट्टी कर देंगे है तो उ शिमले जाने की लड़ नहीं मेरी गली जाके देख लो जो पहाड़ बने हुए तुम आप आके देख लेना देखो जी जो किसी भी इलाके काम हों वा तो गली पट के ही बनती है और टाइम हों वा सरकारी काम कोई नवा पहली बार तो हो नहीं रहा पूरा लुधियाना डिवेलप होया हर इलाके जो काम हों 15-20 दिन महीना 2 महीने गलियां लगते हैं चाहे कोई भी इतने कई कौंसलर खड़े ने चाहे अपोजिशन के भी है। देखो हर बार बाजी असी पिछली टर्म के भी सके असी पिछली टर्म की अकाली सरकार भी सके इन्होंने उदो भी महीना पहले ही साढ़े सारे हर बार इतने एक गल मैं दसना चाहना शराब के ठेके कि कौंसलर पति कुड़िया नाल फड़िया गया असी कहने कांग्रेस विच केड़ा कौंसलर है जिहड़ा अखबार दे विच है सेंटर कॉन्स्टिट्यूएंसी कांगरी कौंसलर का नाम दसो केड़ा जनानी नाल फड़िया गया ये जनतक क्यों नहीं कहते रिंकू दानी की खबर है जी इन्हां दे कोई कपले च कोई कपड़े च इन्हां दे कोई परचे च कोई चिट्टे च सारे परचियां नाल लिपत कौंसलर इन्हां नाम दसो जनता दे विच जनतक करो जनानी नाल फड़िया होया कौंसलर केड़ा वै जिहड़ा अखबार दे विच लगातार आ रहा जी मेरे वड्डे वीर गोरा जी ने कहा डिवेलपमेंट हुई ठीक है जी शिवाजी नगर तो ट्रांसपोर्ट नगर का नाला सीगा प्रोजेक्ट 2016 दे विच गुसाई साहब नियर अबाउट 5 करोड़ का प्रोजेक्ट लैके आए अज 20 करोड़ का प्रोजेक्ट हो गया यह कहें जी 80% खत्म हो गया यह कहें 80% असी काम नबेड़ता इन्हों पुछो तो 20% होया गोडे गोडे पानी है विकास का ना सेंटर हल्के जनता है चक चक उछाल दी भी मजाक उड़ा रही इन्हों कांग्रेस 5 करोड़ वाला 19 करोड़ का देखो जी जे रुड़की के इंजीनियर ने यह जरा पास किया जेडे रुड़की के इंजीनियर है वह साढ़े वर्गे कमले नहीं है उन्होंने अपनी पढ़ाई की हुई है उन्होंने सारा कुछ किया
गरीब मुख्यमंत्री जेड़ा एक गल कहता सी मैं गरीब जरूर हाँ पर कमजोर नहीं रिश्तेदार से करो 10 करोड़ रुपया फड़िया गया दस करोड़ केड़ा सी एक मिनट यह 10 करोड़ केड़ा सी जेड़ा 4 करोड़ तो 19 करोड़ कितना ना उन्होंने पिछले कमिश्नर ले एक मिनट ईडी गिंदी है ईडी गिंदी एक मिनट कैपी भाजी एक मिनट जवाब तो दे लेंगे जवाब दे लेंगे हम ईडी गिंदी है ईडी गिंदी है जी दो ईडी तो ईडी बिल्कुल सरकारी है पर पैसा कि 10 करोड़ कि दसन 10 करोड़ कि हजे ईडी ने शुरुआत की है ईडी सारे करोड़पतियां जिथे बेकाम रकम पई है उथे जाऊगी इन्हों डर कर 10 करोड़ भाजी ईडी गिंदी है ईडी कहती है ईडी सेंटर गवर्नमेंट की बीजेपी कर ही नहीं है बीजेपी विकास का कह रहा विकास मैं मोटिया जी गल जानना सारे अभी पार्टिया का नुमाइंदे खड़े हाँ इलाका ही पूछा लोग दसनगे विकास होया कि नहीं होया डर क्यों लग रहा है जे ईडी की रेट पै रही है ईडी डर क्यों तुम चोर हो तुम चोरिया की फिर ईडी तो डर रहे विकास के मुद्दे छड़ दियो पहले इन्हों सिर्फ ये पूछो भी इन्हों का विधायक किन्ने नंबर कूचे च किन्नी बार शक्ल दिखाई है बाकी गल्ला बाद च विधायक ने किन्नी बार किन्ने नंबर देखो इस तरह की इस गौरा जी कोई यहोजी गल ना करो जिदे नाल कोई यहोजी गल होवे ਤੁਸੀਂ ਆਪਣੇ ਮੁੱਦੇ ਰੱਖੋ ਤੁਹਾਨੂੰ ਮੁੱਦੇ ਰੱਖਣ ਵਾਸਤੇ ਨਹੀਂ ਨਹੀਂ ਸ਼ੇਮ ਸ਼ੇਮ ਦੀ ਗੱਲ ਸਾਰੇ ਪਾਸੇ ਹੋ ਜਾਏਗੀ ਸ਼ੇਮ ਆਪਾਂ ਮੁੱਦਿਆਂ ਨੂੰ ਭੜਕਾ ਰਹੇ ਹਾਂ ਅਸੀਂ ਮੁੱਦਿਆਂ ਨੂੰ ਭੜਕਾ ਰਹੇ ਹਾਂ ਪਹਿਲਾਂ ਤਲਜੀਤ ਸਿੱਖੋ ਪਹਿਲਾਂ ਤਲਜੀਤ ਇੱਕ ਵਾਰ ਗੱਲ ਕਰ ਲੈਣ ਦਿਓ ਮੇਰੀ ਗੱਲ ਸਰਦਾਰ ਸਾਹਿਬ ਗੱਲ ਸੁਣ ਲਓ ਹੁਣ ਗੱਲ ਸੁਣਨ ਦੀ ਸਮਰੱਥਾ ਰੱਖੋ ਵਿਕਾਸ ਦੀ ਗੱਲ ਇਹ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਵਿਕਾਸ ਕੀਤਾ ਪਹਿਲਾਂ ਤਾਂ ਮੈਂ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਮੋਦੀ ਸਾਹਿਬ ਬਣੇ ਸੀ 2014 ਦੇ ਵਿੱਚ PM ਉਹਨਾਂ ਨੇ ਕਿਹਾ ਸੀ ਕਾਲਾ ਧਨ ਲੈ ਕੇ ਆਊਂਗਾ ਅਤੇ 15-15 ਲੱਖ ਰੁਪਈਆ ਹਰ ਇੱਕ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਵਾਂਗਾ ਕੀ ਉਹ ਹੋਇਆ ਦੂਸਰੀ ਗੱਲ ਆ ਮੇਰੇ ਦੋਸਤ ਨੇ ਕਿਹਾ ਸਨੀ ਜੀ ਨੇ ਇੱਕ ਮਿੰਟ ਦੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ 15-15 ਲੱਖ ਜਮ੍ਹਾਂ ਕਰਾਓ ਨਾ ਲੋਕਾਂ ਦੇ ਅਕਾਊਂਟ 'ਚ ਕੋਈ 10 ਸਾਲ 'ਚ ਨਹੀਂ ਹੋਏ ਉਹ 10 ਸਾਲ 'ਚ ਨਹੀਂ ਹੋਏ 10 ਸਾਲ ਦੇ ਵਿੱਚ ਨਹੀਂ ਹੋਏ ਯਾਰ ਕਮਾਲ ਦੀ ਗੱਲ ਹੈ ਹੁਣ ਗੱਲ ਸੁਣ ਲਓ ਯਾਰ ਗੱਲ ईडी ओही दे पैसे इकट्ठे करके लोगों नूं देने आ जी जिहड़ा काला धन है ओही दा लोगों च वंडना है जिहड़े गलत पैसे ने जिहड़े इन्हां ने कमाए होए ने ओही तां आपां देने आ इकट्ठे करके और ईडी आपां काहदी लई लाई है हजे देखो जी सिविल अस्तर अपने आप रोंदा एक मिनट तुसीं इत्थों दी सिविल दे विच जाओ ओह देखो किवें रोंदा पिआ अरे 18 जी कहना कि हुण इह पुछो चिट्टा इह बेच रहे आ ते फड़ के अंदर जदों जिहड़ा फड़ जांदा जी 80 MLA ना दे आ इन एक मिनट यार एक मिनट ओ एक मिनट 80 MLA ਨਾਲ ਸਰਕਾਰ ਦੇ ਵਿੱਚ ਹੈ 80 MLA ਕਰ ਕੀ ਰਹੇ ਨੇ ਜੇ 80 MLA ਹੁੰਦੇ ਇਹਨਾਂ ਕੋਲ ਕੰਮ ਨਹੀਂ ਨਾ ਆਇਆ ਤੇ ਹੋਰ ਇਹਨਾਂ ਜਨਤਾ ਕਿੰਨਾ ਜਨਾਰ ਦਿੰਦਾ ਇਹਨਾਂ ਨੇ ਸਿਵਲ ਹਸਪੀਟਲ ਇੱਕ ਮਿੰਟ ਭਾਜੀ ਇਹਨਾਂ ਨੇ ਸਿਵਲ ਹਸਪੀਟਲ ਦੀ ਗੱਲ ਕੀਤੀ ਅੱਜ ਚਲ ਜਾਓ ਉੱਥੇ ਡਾਕਟਰਾਂ ਨਾਲੋਂ ਉਹ ਅੰਦਰ ਵੱਧ ਅਵਾਰਾ ਕੁੱਤੇ ਘੁੰਮਦੇ ਪਏ ਆ ਭਾਈ ਸਾਹਿਬ ਡਾਕਟਰਾਂ ਨੂੰ ਅੰਦਰ ਜਾ ਕੇ ਦੇਖੋ ਡਾਕਟਰਾਂ ਨਾਲ ਵੱਧ ਅਵਾਰਾ ਕੁੱਤੇ ਅੰਦਰ ਹੈ ਇਹਨਾਂ ਇੱਕ ਵੈਂਟੀਲੇਟਰ ਹੈਗਾ ਇਹਨਾਂ ਕੋਲ ਸਿਵਲ ਹਸਪੀਟਲ ਆਪ ਸਿਵਲ ਹਸਪੀਟਲ ਆਪ ਛੱਡੀ ਬੁੜਦਾ ਹੈ ਕਰਕੇ ਕਿ ਮੇਰਾ ਇਲਾਜ ਕਰਾ ਦਿਓ ਕੋਈ ਬਾਅਦ ਚੋਂ ਕਰਾ ਲਿਓ ਇਹ ਜਿਹੜੇ ਦਿੱਲੀ ਵਾਲੇ ਟੋਪੀ ਵਾਲੇ ਕਹਿ ਰਹੇ ਆ ਹਿੰਦੁਸਤਾਨ 'ਚ ਪਹਿਲੇ ਨੰਬਰ 'ਤੇ ਜਿੱਥੇ ਨਸ਼ਾ ਹੋ ਰਿਹਾ ਦਿੱਲੀ 'ਚ ਹੋ ਰਿਹਾ ਬਿਲਕੁਲ ਨਹੀਂ ਦਿੱਲੀ 'ਚ ਹੋ ਰਿਹਾ ਦਿੱਲੀ 'ਚ ਸਿੱਖਿਆ ਹਸਪਤਾਲ ਸੜਕਾਂ ਪਾਣੀ ਬਿਜਲੀ ਸਭ ਫ੍ਰੀ ਆ ਇੱਥੇ ਦੱਸੋ ਕੀ ਆ ਕੇਜਰੀਵਾਲ ਦਿੱਲੀ 'ਚ ਸਾਰਾ ਕੁਝ ਫ੍ਰੀ ਆ ਇੱਕ ਮਿੰਟ ਜੀ ਇੱਕ ਇੱਥੇ ਇੱਕ ਜਨਮਗੁਰੀ ਮੈਨੂੰ ਇੱਕ ਮਿੰਟ ਗੱਲ ਸੁਣੋ ਜਿਹੜਾ
ਜਿਹੜਾ ਨਸ਼ਾ ਹੈ ਬਿਲਕੁਲ ਸਾਰੀ ਜਗ੍ਹਾ ਫੈਲ ਰਿਹਾ। ਅਸੀਂ ਤਾਂ ਇਹ ਕਹਿੰਦੇ ਹਾਂ ਪੰਜਾਬ 'ਚ ਖਤਮ ਕਿੰਨਾ ਹੋਣਾ, ਇਹ ਪਾਰਟੀਆਂ ਆਪਸ 'ਚ ਲੜਦੇ ਤਾਂ ਆਪਾਂ ਸਾਰੇ ਹਾਂ, ਪਰ ਖਤਮ 80 MLA ਜਨਤਾ ਨੇ ਇਹਨਾਂ ਨੂੰ ਬਣਾਏ ਸੀ। ਜੇ 80 MLA ਕਿਤੇ ਆਪਣੇ ਆਪਣੇ ਹਲਕੇ 'ਚ ਕੰਮ ਕਰਦੇ ਆ, ਜੇ 80 ਹਲਕਿਆਂ 'ਚ ਨਸ਼ਾ ਖਤਮ ਤਾਂ ਹੁੰਦਾ, ਜਿਹੜਾ ਵਿਧਾਇਕ ਦਾ ਕੰਮ ਹੀ ਹੁੰਦਾ ਨਸ਼ਾ ਖਤਮ ਕਰਨਾ, ਜੂਆ ਖਤਮ ਕਰਨਾ, ਚੰਗੇ ਕੰਮ ਕਰਨਾ, ਵਿਕਾਸ ਕਰਨਾ, ਇਹ ਤਾਂ ਕੌਂਸਲਰ ਦੇ ਕੰਮਾਂ ਦੇ ਟੱਕ ਲਾਉਂਦੇ ਨੇ। ਇਹਨਾਂ ਨੂੰ ਹੋਰ ਤਾਂ ਕੋਈ ਕੰਮ ਨਹੀਂ, ਮੈਂ ਕਿਸੇ ਦਾ ਕੋਈ ਜਾਤੀ ਵਿਰੋਧੀ ਨਹੀਂ, ਪਰ ਜੋ ਇਹ ਕੰਮ ਕਰਦੇ ਹੋ ਜਿਤਨਾ ਦੱਸਣਾ ਬਹੁਤ ਜ਼ਰੂਰੀ ਹੈ। ਜੇ ਦੱਸਾਂਗੇ ਨਹੀਂ ਜਨਤਾ ਨੇ ਇਹਨਾਂ ਨੂੰ ਕਾਲਾ ਸੱਚ ਪਤਾ ਕਿਵੇਂ ਲੱਗੇਗਾ। ਇੱਕ ਮਿੰਟ, ED ਜੇ ਕਹਿੰਦੇ ਨੇ 15 ਲੱਖ ਰੁਪਈਆ, ਜੇ ED ਕੋਲੋਂ ਚੰਨੀ ਜੇ ਇਹਨਾਂ ਦਾ 10 ਕਰੋੜ ਰੁਪਇਆ ਫੜਿਆ ਗਿਆ, ED ਨੇ ਘਰੋਂ ਤਾਂ ਨਹੀਂ ਲੈਣ ਦਾ, ਇਹਨਾਂ ਦਾ ਹੀ ਸੀ ਨਾ। ਹੋਰ ਕਈ ਸੈਂਕੜਿਆਂ ਦੇ ਹਿਸਾਬ ਨਾਲ ਜਿੱਥੇ ਕਾਲਾ ਧਨ ਪਿਆ ਉਹ ਜਨਤਾ ਦੇ ਵਿੱਚ ਆਏਗਾ, ਉਹਦਾ ਦੇਖੋ ਸੈਂਟਰ ਪੰਜਾਬ ਦੇ ਹੁਣ ਹੀ ਆਏਗਾ, ਹੁਣੇ ਜੋ ED ਫੜੇਗੀ ਤੇ ਆਏਗਾ, ਜਿਵੇਂ 10 ਕਰੋੜ ਆਇਆ ਤੇ ਗੁਰਜਰਾਣਾ ਗੁਜਰੀ ਦੇ ਕੱਲ ਲੜੇ ਨੇ, ਜਲੂਸ ਕੱਢਿਆ ਉਹਨਾਂ ਨੇ, ਇਹਨਾਂ ਦੀ ਪਾਰਟੀ ਦਾ ਹੀ ਕੱਢਿਆ ਨਾ, ਉਹਨਾਂ ਨੇ ਵੀ ਡਿਬੇਟ ਇਹੀ ਚੱਲੀ ਹੈ। ਪਰਮਿੰਦਰ ਮਹਿਤੇ ਦਾ ਕੀ ਗੱਲ ਕਰੀਏ, ਇੱਕ ਮਿੰਟ, ਇਹਨਾਂ ਨੂੰ ਪਰਮਿੰਦਰ ਮਹਿਤੇ ਦਾ ਯੋਗੇਸ਼ ਹਾਂਡੇ ਦਾ ਕੀ ਜਵਾਬ ਹੈ? ਲੁਧਿਆਣੇ ਦਾ ਪ੍ਰਧਾਨ ਹੈ ਯੋਗੇਸ਼ ਹਾਂਡਾ, ਬਿਲਕੁਲ ਲੈਣਾ ਹੀ ਚੋਰਾਂ ਦਾ, ਜਿਹੜੇ ਚੋਰ ਨੇ ਡਾਵਰ ਉਹਦਾ ਨਾਂ ਲੈਣਾ ਹੀ ਆ, ਜਿਹੜੇ ਠੱਗੀਆਂ ਕਰਦੇ ਉਹਦਾ ਨਾਂ ਲੈਣਾ ਹੀ ਆ, ਨਾਂ ਰਹਿੰਦੇ ਆ ਜਿਨ੍ਹਾਂ ਦਾ ਨਾਂ ਲੈਂਦੇ ਆ ਬਾਹਰ ਪਾਰਟੀ 'ਚ, ਪਰਮਿੰਦਰ ਮਹਿਤੇ ਦਾ ਯੋਗੇਸ਼ ਹਾਂਡੇ 5 ਸਾਲ ਝੂਠੇ ਪਰਚਿਆਂ ਤੋਂ ਫੇਲ ਨਹੀਂ ਮਿਲਿਆ ਇਹਨਾਂ ਨੂੰ, ਤੇ ਨਸ਼ਾ ਸੁਆਹ ਰੋਕਣਾ ਸੀਗਾ ਇਹਨਾਂ ਨੇ। ਭਾਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਲੋਕ ਇਨਸਾਫ ਪਾਰਟੀ ਦਾ ਇੱਕ ਸਵਾਲ ਹੈ, 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ। ਸਰ ਮੈਂ ਕਾਂਗਰਸ ਪਾਰਟੀ ਤੋਂ ਇੱਕ ਸਵਾਲ ਕਰਨਾ ਚਾਹੁੰਦਾ, 4 ਮਹੀਨੇ 'ਚ ਭਤੀਜੇ ਕੋਲ 10 ਕਰੋੜ ਆ ਗਏ, ਜੇ 5 ਸਾਲ ਆ ਗਏ ਤੁਹਾਡੇ ਭਤੀਜੇ ਕੋਲ ਕਿੰਨੇ ਪੈਸੇ ਹੋ ਜਾਣਗੇ ਫਿਰ? ਕੀ ਜਵਾਬ ਦੇਣਗੇ ਉਹ ਕਾਂਗਰਸ, ਕੀ ਜਵਾਬ ਦੇ 10 ਕਰੋੜ? ਹੁਣ ਮੇਰਾ ਕੋਈ ਰਿਸ਼ਤੇਦਾਰ ਅਮੀਰ ਹੈ ਤੇ ਮੈਨੂੰ ਕੋਈ 10 ਕੇ ਥੋੜੀ ਪੈਸਾ ਉਹਨੇ ਰੱਖਿਆ ਹੋਇਆ, ਪਹਿਲੀ ਗੱਲ ਤਾਂ ਆਇਆ। 1 ਮਿੰਟ ਦੀ ਗੱਲ ਸੁਣ ਲਓ, ਜੇ ਉਹਨਾਂ ਦੇ ਘਰੋਂ ਪੈਸਾ ਆਇਆ ਉਹਦਾ ਜਵਾਬ ਵੀ ਦੇਣਗੇ, ਉਹਦੀ ਇਲੈਕਸ਼ਨ ਕਮਿਸ਼ਨਰ ਨੂੰ ਸ਼ਿਕਾਇਤ ਚਲੇ ਜਾ ਚੁੱਕੀ ਹੋਈ ਆ। ਇਹ ਇੱਥੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਹਰ ਕਿਸੇ ਨੂੰ ਡਰਾਉਣ ਦੇ ਲਈ ਇਹਨਾਂ ਨੇ ED ਦੀਆਂ ਰੇਡਾਂ ਕਰਾ ਰਹੇ ਆ। ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਦੇਖ ਲਓ ਕੀ ਹੋਇਆ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ED ਦੀਆਂ ਰੇਡਾਂ ਚੱਲ ਰਹੀਆਂ ਨੇ। ਕਿਉਂ ਚੱਲ ਰਹੀਆਂ ਨੇ? ਕਿ ਸਰਕਾਰਾਂ ਨੂੰ ਕਿਸ ਤਰੀਕੇ ਨਾਲ ਅਸੀਂ ਬਦਲਾ ਕੇ ਫਿਰ ਆਪਣੇ ਨਾਲ ਲਿਆਇਆ ਜਾ ਸਕਦਾ। ਮੈਂ ਗੱਲ ਕਰਨਾ ਚਾਹੁੰਦਾ ਵੀ ਜਿਹੜੀ ਇਹ ਵਿਕਾਸ ਦੀ ਗੱਲ ਕਰਦੇ ਆ ਕਿ ਵਿਕਾਸ ਨਹੀਂ ਹੋਇਆ, ਜਦੋਂ ਮੈਂ ਵਿਕਾਸ ਦੀ ਗੱਲ ਕਰਦਾ ਇਹ ਹੋਰ ਗੱਲ ਚਿੱਟੇ ਦੀ ਗੱਲ ਸ਼ੁਰੂ ਕਰ ਦਿੰਦੇ ਆ, ਜੇ ਅਸੀਂ ਚਿੱਟੇ ਦੀ ਗੱਲ ਕਰਦੇ ਹਾਂ ਫਿਰ ਸ਼ਿਕਸ਼ਾ ਦੀ ਗੱਲ ਸ਼ੁਰੂ ਕਰ ਦਿੰਦੇ ਆ, ਸਿਵਲ ਹੋਸਪਿਟਲ ਦੀ ਗੱਲ, ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿਵਲ ਹੋਸਪਿਟਲ ਦੇ ਵਿੱਚ 1 ਵੈਂਟੀਲੇਟਰ ਨਹੀਂ ਹੈਗਾ, 10 ਵੈਂਟੀਲੇਟਰ ਉਹਨਾਂ ਨੇ CMC ਨੂੰ ਦਿੱਤੇ ਹੋਏ ਨੇ, 10 ਵੈਂਟੀਲੇਟਰ ਉਹਨਾਂ ਨੇ DMC ਨੂੰ ਦਿੱਤੇ ਹੋਏ ਨੇ, ਔਰ 10 ਵੈਂਟੀਲੇਟਰ ਜਿਹੜੇ ਆ ਸਿਵਲ ਹੋਸਪਿਟਲ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਦੇ ਜਿਹੜੇ ਬੈੱਡ। ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੰਦਾ, ਜੇ 10 ਵੈਂਟੀਲੇਟਰ ਸਿਵਲ ਹੋਸਪਿਟਲ 'ਚ ਮੌਜੂਦ ਮਿਲ ਜਾਣ, ਕਪਿਲ ਕਤਿਆਲ ਨੇ ਰਾਜਨੀਤੀ ਛੱਡੀ। ਕੋਈ ਗੱਲ ਨੀ, ਜਦੋਂ ਐ ਕਰੋ ਨਾ, ਇੱਕ ਮਿੰਟ ਗੱਲ ਸੁਣੋ, ਇਹਦਾ ਜਵਾਬ SMO ਨੂੰ, ਮੇਰੀ ਗੱਲ ਸੁਣ ਲਓ, ਹੁਣ ਗੱਲ ਵੀ ਸੁਣ ਲਓ ਯਾਰ, ਵੈਂਟੀਲੇਟਰ ਹੈਗੇ ਨੇ ਡਾਕਟਰ, ਮੇਰੀ ਗੱਲ ਸੁਣੋ, ਜਿੰਨੇ ਚਲਾਉਣ ਵਾਸਤੇ ਮੌਜੂਦ ਨੇ ਡਾਕਟਰ ਉਹਨੇ ਵੈਂਟੀਲੇਟਰ ਚੱਲ ਰਹੇ ਨੇ। ਇੱਕ ਕਹਿੰਦੇ ਪਏ ਨੇ, ਮੈਂ 10 ਕਹਿ ਰਿਹਾ ਵਾਂ, ਬੇਸ਼ੱਕ ਕਹਿੰਦੇ ਪਏ ਆ ਔਨ ਰਿਕਾਰਡ, ਚੱਲ ਜਾਓ ਇਹਨਾਂ ਨੂੰ ਨਾਲ ਲੈ ਜਾਓ, ਚਲੇ ਜਾਓ ਇਹਨਾਂ ਨੂੰ ਪੁੱਛ ਲਓ ਜਾ ਕੇ, ਜਿਹੜੇ ਸਿਵਲ ਹਸਪੀਟਲ ਦੇ ਵਿੱਚ ਜਨਰੇਟਰ ਨਹੀਂ ਚੱਲਦਾ ਪਿਆ, ਉੱਥੇ ਵੈਂਟੀਲੇਟਰ ਨਹੀਂ ਚੱਲਦੇ ਹੋਣਗੇ। ਦੇਖੋ ਗੱਲ ਸੁਣੋ, ਇਹਨਾਂ ਨੂੰ ਇਹ ਨਹੀਂ ਪਤਾ, ਇੱਕ ਮਿੰਟ ਗੱਲ ਸੁਣ ਲਓ ਬੇਟਾ, ਸਿਵਲ ਹੋਸਪਿਟਲ ਕੋਈ ਐਸੇ ਅਦਾਰੇ ਹੁੰਦੇ ਆ ਸਰਕਾਰੀ, ਜਾਂ DC ਦਫ਼ਤਰ ਆ, ਆਪਣੇ ਪੁਲਿਸ ਕਮਿਸ਼ਨਰ ਦਾ ਦਫ਼ਤਰ ਆ, ਉੱਥੇ ਹੌਟਲਾਈਨ ਦੇ ਉੱਪਰ ਲਾਈਟ ਚੱਲਦੀ ਆ, ਨਾ ਕਿ ਕੋਈ ਇਹ ਜਿਵੇਂ ਲਾਈਟ ਆਮ ਲੋਕਾਂ ਦੀ ਬੰਦ ਹੋ ਗਈ ਤਾਂ ਉਹਨਾਂ ਦੀ ਵੀ ਬੰਦ ਹੋ ਗਈ। ਯਾਰ ਇੱਕ ਮਿੰਟ ਗੱਲ ਕਰ ਲੈਂਦਾ ਪੂਰੀ, ਤੁਸੀਂ ਕਹਿੰਦੇ ਹੋ ਦੀਵੇ ਥਲੇ ਦੀਵੇ ਨਾਲ ਕਰਦੇ ਆ, ਲਿਆਓ ਦੀਵੇ ਨਾਲ ਕੋਈ ਇੱਕ ਮਿੰਟ, ਲਾਈਵ ਵੀਡੀਓ ਪਾਈ ਹੈ, ਮੈਂ ਲਾਈਵ ਹੋਇਆ ਫੇਸਬੁੱਕ ਦੇ ਉੱਤੇ, ਅੱਜ ਵੀ ਉਹ ਵੀਡੀਓ ਹੈ, ਅੱਜ ਵੀ ਤੁਸੀਂ ਚੈੱਕ ਕਰੋ, ਮੈਂ ਸਾਰਿਆਂ ਨੇ ਦੇਖੀ ਹੈ, ਇਹਨਾਂ ਨੇ ਵੀ ਦੇਖੀ, ਕੋਈ ਦੱਸੋ ਕਿਸੇ ਨੇ ਦੇਖੀ ਹੈ? ਇੱਕ ਮਿੰਟ ਜੀ, ਇੱਕ ਵਧੀਆ ਜਦੋਂ ਉਹ ਮੇਰੀ ਗੱਲ ਤਾਂ ਸੁਣ ਲਓ, ਇਹਨਾਂ ਕੋਲੋਂ ਸਿਰਫ ਇੰਨੀ, ਉਹ ਇੱਕ ਮਿੰਟ ਮੇਰੀ ਗੱਲ, ਇੱਕ ਵਿਧਾਇਕ ਸੁਰਿੰਦਰ ਡਾਵਰ ਇੱਥੋਂ ਵਿਧਾਇਕ ਹੈ, ਤੁਸੀਂ ਮੇਰੀ ਗੱਲ ਸੁਣੋ, ਅਰਬਾਂਪਤੀ ਬੰਦਾ, ਤੁਸੀਂ ਉਹਦੇ ਕੋਲ ਅੱਜ ਤੱਕ ਜਿਹੜੇ 5 ਦਫ਼ਤਰ ਬਦਲ ਚੁੱਕਾ, ਹਰ ਸਾਲ ਬਾਅਦ ਦਫ਼ਤਰ ਬਦਲਦਾ, ਉਹਦੇ ਕੋਲ ਅਜੇ ਤੱਕ ਮੁੱਲ ਦਫ਼ਤਰ ਨਹੀਂ ਲਿਆ ਗਿਆ, ਕਿਉਂਕਿ ਉਹਨੂੰ ਪਤਾ ਹੈ ਮੇਰੀ ਰਾਜਨੀਤੀ ਖਤਮ, ਅਗਲੀ ਵਾਰੀ ਕਿਰਾਏ 'ਤੇ ਜਾਣਾ, 5 ਦਾ ਹੁਣ ਪਿੱਪਲ ਦੇ ਪੇੜ ਥੱਲੇ ਐਂ ਡਾਬਰ ਦਾ ਦਫ਼ਤਰ ਆ। ਮੈਂ ਤਾਂ ਇਹੀ ਗੱਲ ਕਹਾਂਗਾ, ਪਹਿਲਾਂ ਦਫ਼ਤਰ ਲਵੋ ਜਿੱਥੇ ਲੋਕ ਆ ਕੇ ਕੰਮ ਕਰ ਲਿਆ ਕਰੇ, ਮੈਨੂੰ ਦਫ਼ਤਰ ਮੁੱਲ ਨਹੀਂ ਲਿਆ ਗਿਆ, ਤੁਸੀਂ ਇਹ ਗੱਲ ਕਹਿਣ ਜਿਹਦੇ ਕੋਲ 20 ਸਾਲ ਦਾ ਮੁੱਲ ਦਾ ਦਫ਼ਤਰ ਨਹੀਂ ਲਿਆ ਗਿਆ, ਉਹ ਰਾਜਨੀਤੀ ਕੀ ਕਰੂਗਾ ਹਰ ਸਾਲ ਦਫ਼ਤਰ ਹੈਗਾ। ਹੁਣ ਇਹ ਗੱਲ ਸੁਣ ਲਓ, ਜਿਹੜਾ ਇਹਨਾਂ ਦਾ ਜਨਕਪੁਰੀ ਦਫ਼ਤਰ ਸੀਗਾ,
ਉਸ ਦਫ਼ਤਰ ਚ ਕੀ ਹੁੰਦਾ ਸੀਗਾ ਸਾਰੇ ਜਾਣਦੇ ਆ ਸਾਰੇ ਪੁੱਛੋ ਸਰ ਜਾ ਕੇ ਇਹ ਆਪਣੀ ਗੱਲ ਸੁਣੋ ਪਹਿਲੀ ਗੱਲ ਤਾਂ ਸਰ ਤੁਸੀਂ ਪੱਤਰਕਾਰ ਹੋ ਅਸੀਂ ਆਪਣੀ ਜਗ੍ਹਾ ਖੜ ਕੇ ਗੱਲ ਕਰ ਰਹੇ ਹਾਂ ਇਹ ਇਹਨਾਂ ਸਟਾਈਲ ਦੱਸ ਰਿਹਾ ਇਹ ਕਿਸ ਭਾਸ਼ਾ ਦੇ ਲੋਕ ਨੇ ਜੇ ਤੁਹਾਡੇ ਉੱਤੇ ਚੜ ਕੇ ਬੋਲ ਰਹੇ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਬੰਦਾ ਕਿਹੜੀ ਭਾਸ਼ਾ ਦਾ ਪਹਿਲਾਂ ਦਾ ਡਿਬੇਟ ਵੀ ਬੋਲ ਮੇਰੀ ਗੱਲ ਸੁਣੋ ਇਹਨਾਂ ਕੋਲ ਜਵਾਬ ਹੈਗਾ 20 ਸਾਲ ਦੇ ਦਫ਼ਤਰ ਜਿਸ ਬੰਦੇ ਕੋਲ ਦਫ਼ਤਰ ਲੈਣ ਦੇ ਪੈਸੇ ਨਹੀਂ ਇਹਨਾਂ ਕੋਲ ਰਾਜਨੀਤੀ ਕਰਨ ਦਾ ਕੋਈ ਦੇਖੋ ਜੀ ਦੇਖੋ ਜਿਹੜੀ ਅੱਜ ਅਸੀਂ ਡਿਬੇਟ ਤੇ ਆਏ ਆ ਉਹ ਲੋਕ ਮੁੱਦਿਆਂ ਦੀ ਡਿਬੇਟ ਹੈ ਉਹਨੂੰ ਆਪਾਂ ਪਰਸਨਲ ਛੱਡ ਕੇ ਲੋਕਾਂ ਦੀ ਗੱਲ ਕਰੀਏ ਜਿਹੜਾ ਇਹ ਵੈਂਟੀਲੇਟਰ ਦੀ ਗੱਲ ਕਰ ਰਹੇ ਨੇ ਇੱਕ ਮਿੰਟ ਜੀ ਜਿਹੜਾ ਇਹ ਵੈਂਟੀਲੇਟਰ ਦੀ ਗੱਲ ਕਰ ਰਹੇ ਨੇ ਕਰੋਨਾ ਕਾਲ 'ਚ WHO ਨੇ 5 ਵੈਂਟੀਲੇਟਰ ਸੈਂਕਸ਼ਨ ਕੀਤੇ ਸੀ ਸਿਵਲ ਹਸਪਤਾਲ ਲਈ ਜੱਗ ਜ਼ਾਹਿਰ ਹੈ ਉਹ ਉਹਨਾਂ ਨੇ ਇਸ ਕਰਕੇ ਵਾਪਸ ਲੈ ਲਏ ਕਿਉਂਕਿ ਇੱਥੇ ਨਾ ਹੀ ਕੋਈ ਆਪਰੇਟਰ ਸੀ ਨਾ ਹੀ ਕੋਈ ਫੈਸਿਲਿਟੀ ਸੀ ਇਹਦਾ ਜਵਾਬ ਵੀ ਲਿੱਤਾ ਜਾਵੇ ਮੇਰਾ ਇੱਕ ਸਵਾਲ ਹੈ ਜਿਹੜਾ ਸ਼ਮਸ਼ਾਨ ਘਾਟ ਦੇ ਕੋਲ ਜਿਹੜਾ ਨਾਲਾ ਵੈ ਉਹ ਜਿਹੜਾ ਹੁਣ ਉਦਘਾਟਨ ਹੋਇਆ ਹੁੰਦਾ ਤੇ ਨਾਲ ਜਿਹੜਾ ਗੰਦ ਦਾ ਢੇਰ ਹੈ 10 ਸਾਲਾਂ 'ਚ ਚੱਕਿਆ ਕਿਉਂ ਨਹੀਂ ਗਿਆ ਸਿਰਫ ਜਿਹੜਾ ਉਹਦੇ ਕਰੋੜਾਂ ਰੁਪਏ ਦੀ ਰਾਜਨੀਤੀ ਹੋਈ ਹੈ ਉਹ ਕਿੱਥੇ ਹੈ ਇਹ 4.5 ਸਾਲ ਖਾ ਗਏ ਇਹਨਾਂ ਨੂੰ 6 ਮਹੀਨੇ ਬਾਅਦ ਹੀ ਕਿਉਂ ਸੜਕਾਂ ਤੋੜਨੀਆਂ ਨਾਲੇ ਤੋੜਨੇ ਕਿਉਂ ਯਾਦ ਆਉਂਦੇ ਨੇ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਹਾਂ ਇਹਨਾਂ ਨੂੰ ਇਹਨਾਂ ਦਿਨਾਂ ਵਿੱਚ ਹੀ ਕਿਉਂ ਕੰਮ ਯਾਦ ਆਉਂਦਾ 5 ਸਾਲ ਕਿੱਥੇ ਸੀਗੇ ਆ ਇਹਨਾਂ ਨੂੰ 4 ਮਹੀਨਿਆਂ ਦੇ ਵਿੱਚ ਕੰਮ ਕਿਉਂ ਯਾਦ ਆਉਂਦੇ ਨੇ ਤੇ ਜਿਹੜੇ ਆਮ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਦੇ ਭਤੀਜਿਆਂ ਕੋਲ 10-10 ਕਰੋੜ ਰੁਪਏ ਕਿੱਥੋਂ ਫੜੇ ਜਾ ਰਹੇ ਨੇ ਕਿੱਥੋਂ ਆਮਨੇ ਆ ਇਹ ਸਤਿਕਾਰਯੋਗ ਨੀਟੂ ਜੀ ਗੱਲ ਕਰੇ ਸਿਵਲ ਹਸਪੀਟਲ ਦੀ ਜਿੰਨੇ ਵੀ ਇੱਥੇ ਸੱਜਣ ਇੱਥੇ ਮੌਜੂਦ ਹੈਗੇ ਆ ਕਿੰਨੇ ਲੋਕ ਉੱਥੇ ਆਪਣਾ ਇਲਾਜ ਕਰਾਉਣ ਜਾਂਦੇ ਆ ਦੇਸ਼ ਦਾ ਸਭ ਤੋਂ ਵੱਡੇ ਜਿਹੜੇ ਮੈਰਿਟ ਦੇ ਵਿੱਚ ਲੋਕ ਆਉਂਦੇ ਆ ਡਾਕਟਰ ਜਿਹੜੇ ਮੈਰਿਟ 'ਚ ਆਉਂਦੇ ਆ ਉਹ ਗਵਰਨਮੈਂਟ ਹਸਪੀਟਲ ਦੇ ਵਿੱਚ ਆਪਣੀ ਨੌਕਰੀਆਂ ਕਰਦੇ ਆ ਔਰ ਉਹਨਾਂ ਨੂੰ ਸਾਜੋ ਸਮਾਨ ਨਹੀਂ ਮਿਲਦਾ ਉਹਨਾਂ ਨੂੰ ਇਕੁਪਮੈਂਟ ਨਹੀਂ ਮਿਲਦੇ ਉਹਨਾਂ ਨੂੰ ਮਸ਼ੀਨਾਂ ਨਹੀਂ ਮਿਲਦੀਆਂ ਅਤੇ ਡਾਕਟਰ ਵਿਚਾਰੇ ਕੀ ਕਰਨਗੇ ਅੱਜ ਸਾਰੇ ਦੁਨੀਆ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਖਿਲਾਫਤ ਕਰ ਰਹੀ ਹੈ ਕਿ ਸਰਕਾਰੀ ਨੌਕਰੀ ਵਾਲੇ ਕੰਮ ਨਹੀਂ ਕਰਦੇ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਜਦ ਡਾਕਟਰਾਂ ਨੂੰ ਇਕੁਪਮੈਂਟ ਨਹੀਂ ਮਿਲਣਗੇ ਉਹ ਮਰੀਜ਼ਾਂ ਦੀ ਸੇਵਾ ਕਿਵੇਂ ਕਰ ਪਾਣਗੇ ਤੁਸੀਂ ਸਿਵਲ ਹਸਪੀਟਲ ਚਲੇ ਜਾਓ ਉੱਥੇ ਦਵਾਈ ਨਹੀਂ ਮਿਲਦੀ ਉਹ ਬਾਹਰੋਂ ਲਿਖ ਕੇ ਦਿੰਦੇ ਆ ਮੌਜੂਦ ਨੀਟੂ ਜੀ ਕਹਿੰਦੇ ਨੇ ਵੀ ਇੱਥੇ 10 ਵੈਂਟੀਲੇਟਰ ਨੇ ਜੀ ਜਦੋਂ ਕਰੋਨਾ ਕਾਲ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਸਨੀ ਕੈਂਥ ਦੇ ਯੂਥ ਜਿਹੜਾ ਯੂਥ ਦਾ ਮੇਨ ਹੈ ਉਹਨੇ ਵਾ ਪ੍ਰਧਾਨ ਉਹਨੇ ਆਵਾਜ਼ ਚੱਕੀ ਸੀ ਅਤੇ MP ਬਿੱਟੂ NI ਨੇ ਘਰ ਬੁਲਾ ਕੇ ਉਹਦੀ ਪੱਗ ਲਾਈ ਸੀ ਕਿ ਅੱਜ ਵੀ 10 ਵੈਂਟੀਲੇਟਰ ਉੱਥੇ ਚੱਲਦੇ ਪਏ ਨੇ ਇਹਨਾਂ ਨੂੰ ਇਹ ਜਵਾਬ ਪੁੱਛੋ ਕੀ ਕਹਿਣਾ ਚਾਹੁੰਦੇ ਸਰ ਝੂਠ ਹੈਗੀ ਹੈ ਜੋ ਕਾਂਗਰਸ ਵਾਲੇ ਕਰਦੇ ਆ ਝੂਠ ਹੈ ਸਾਡਾ ਇੱਕ ਵੀਰ ਇੱਥੇ ਮੌਜੂਦ ਵੀ ਖੜਾ ਵਾ ਇਹਨਾਂ ਨੇ ਪ੍ਰਸ਼ਾਸਨ ਦੀ ਗੱਲ ਕਰਦਾ ਜੀ ਮੈਂ ਇੱਕ 3 ਮਰੀਜ਼ਾਂ ਦੇ ਵਿੱਚ ਕੋਈ ਘਰ ਦਾ ਕਲੇਸ਼ ਸੀਗਾ ਦੋ ਭਰਾ ਆਪਸ ਦੇ ਵਿੱਚ ਕੋਈ ਡਿਸਪਿਊਟ ਪਿਆ ਸੀਗਾ ਤਾਂ ਥਾਣੇ ਵਿੱਚ ਗਏ ਤਾਂ ਸਾਡਾ ਵੀਰ ਇੱਥੇ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ ਉਹ ਕਾਂਗਰਸ ਦੇ ਵਿੱਚ ਮੌਜੂਦਾ ਵਿੱਚ ਹੋਣ ਦੇ ਬਾਵਜੂਦ ਵੀ MLA ਸਾਡਾ ਫੋਨ ਕਰਾਉਂਦਾ ਉਹ ਅਸੀਂ ਉੱਥੇ ਮੌਜੂਦ ਸੀਗੇ ਮੈਂ ਝੂਠ ਗੱਲ ਕੋਈ ਨਹੀਂ ਕਰਦਾ ਉਹਦੇ ਵਿੱਚ ਗੱਲ ਕਰਾ ਕੇ ਕਹਿੰਦਾ ਕੋਈ ਨਹੀਂ ਮੈਂ ਮਸਾ ਹੱਲ ਕਰਾ ਦੇਣਾ ਜੀ ਤੁਸੀਂ ਮੁੱਦਾ ਦੱਸੋ ਜਦੋਂ 1000 ਰੁਪਇਆ ਲੈ ਕੇ ਮੁੱਦਾ ਇਹ 5000 ਰੁਪਇਆ ਲੈ ਕੇ ਦੋਨਾਂ ਭਰਾਵਾਂ ਦਾ ਇਹਨਾਂ ਨੇ ਕੰਪਰੋਮਾਈਜ਼ ਕਰਾਇਆ 5000 ਰੁਪਇਆ ਲੈ ਮੈਂ ਇੱਕ ਗੱਲ ਜਵਾਬ ਦਿੰਦਾ ਸਾਡੇ ਮੁੱਖ ਇੱਥੇ ਮੌਜੂਦਾ ਵਿਧਾਇਕ ਨੇ ਸੁਰਿੰਦਰ ਡਾਵਰ ਜੀ ਉਹਨਾਂ ਨੂੰ ਕਹੋ 2 ਸਾਲ ਹੋ ਗਏ ਕੋਰੋਨਾ ਚੱਲ ਰਿਹਾ ਇੱਕ ਕੈਂਪ ਲਗਾਇਆ ਹੋਵੇ ਉਹਨਾਂ ਨੇ ਦੇਖੋ ਜੀ ਇੱਕ ਕੈਂਪ 250 ਕੈਂਪ ਤੁਸੀਂ ਆਪ ਲਾਇਆ ਮੈਂ ਕਾਂਗਰਸੀ ਵੀਰਾਂ ਨੂੰ ਇਹ ਸੋਚਣਾ ਚਾਹੁੰਦਾ ਕਿ 5 ਸਾਲਾਂ ਦੇ ਵਿੱਚ ਡਾਵਰ ਸਾਹਿਬ ਨੇ ਵਿਧਾਨ ਸਭਾ ਜੀ ਕਿੰਨੇ ਕੁ ਮੁੱਦੇ ਆਪਣੇ ਏਰੀਆ ਦੇ ਚੱਕੇ ਨੇ ਕੀ ਜਵਾਬ ਦੇਣਾ ਚਾਹੁੰਦੇ ਮੈਂ ਲਾਏ ਆ ਜੀ ਮੇਰੀ ਗੱਲ ਸੁਣ ਲਓ ਬਾਕੀ ਦੇਖੋ ਜਦੋਂ ਕਰੋਨਾ ਸ਼ੁਰੂ ਹੋਇਆ ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਪੂਜਾ ਨਾਂ ਦੀ ਲੇਡੀ ਸੀਗੀ ਉਹ ਅਮਰਪੁਰੇ ਦੇ ਵਿੱਚ ਉਹਦੀ ਡੈਥ ਹੋਈ ਉਸ ਤੋਂ ਬਾਅਦ ਉਸ ਗਲੀ ਦੇ 5 ਲੇਡੀਜ਼ ਔਰ ਜੈਂਟਸ ਜਿਹੜੇ ਸਿਵਲ ਹਸਪੀਟਲ ਦਾਖਲ ਹੋਏ ਠੀਕ ਹੋ ਕੇ ਢੋਲ ਵਜਾ ਕੇ ਫੁੱਲਾਂ ਦੀ ਵਰਸ਼ਾ ਕਰਕੇ ਉਹਨਾਂ ਨੂੰ ਘਰ ਛੱਡ ਕੇ ਆਏ ਹੁਣ ਜਵਾਬ ਲੈ ਲਓ ਯਾਰ ਉਹਨੇ ਛੱਡ ਕੇ ਆਏ ਸੈਂਸੀ ਸਮਾਜ ਦੇ ਲੋਕ ਜਿਹੜੇ ਆ ਉਹਨਾਂ ਨੇ ਕਰੋਨਾ ਟੈਸਟ ਕਰਾਇਆ ਉਹਨਾਂ 'ਚੋਂ ਬਿਮਾਰ ਹੋਏ ਇੱਥੇ ਜਿਹੜਾ 32 ਸੈਕਟਰ ਦੇ ਵਿੱਚ ਬਣਿਆ ਹੋਇਆ ਹੋਸਪਿਟਲ ਉੱਥੇ ਰੱਖਿਆ ਗਿਆ ਉਹਨਾਂ ਦੇ ਮੈਂ ਨਾਮ ਨੰਬਰ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਮੁਹੱਈਆ ਕਰਵਾ ਸਕਦਾ ਵਾਂ ਜਵਾਬ ਪੁੱਛਦਾ ਇਹਨਾਂ ਨੇ 4 ਮਹੀਨੇ ਪਹਿਲੇ ਕੈਪਟਨ ਸਾਹਿਬ ਨੂੰ ਲਾਤਾ ਉਸ ਤੋਂ ਤੱਕ 4 DGP ਚੇਂਜ ਕਰਤੇ ਇਹਨਾਂ ਨੂੰ ਆਪਣੇ ਅਫਸਰਾਂ ਦੇ ਵਿਸ਼ਵਾਸ ਨਹੀਂ ਜਿਹੜਾ 10 ਕਰੋੜ ਫੜਿਆ ਗਿਆ ਨਾ ਇਹਨਾਂ ਨੇ ਬੋਲੀਆਂ ਲਾਈਆਂ ਬੋਲੀਆਂ 8 ਕਰੋੜ 10 ਕਰੋੜ 12 ਕਰੋੜ 20 ਕਰੋੜ ਇਹਨਾਂ ਨੇ ਤੁਸੀਂ ਮੇਰੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਹੈ ਹੀ ਨਹੀਂ ਇਹ ਸਾਰੇ ਲਿਪਤ ਨੇ ਕਰਪਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਮੈਂ ਦੱਸਾਂ ਮੈਂ ਇਹਨਾਂ ਦੇ ਵਿਧਾਇਕ ਦੇ ਵਿਧਾਨ ਸਭਾ ਦੇ ਵਿੱਚ ਇੱਕ ਕੁਐਸਚਨ ਵੀ ਸੈਂਟਰ ਕੌਂਸਟੀਚੁਐਂਸੀ ਵਾਸਤੇ ਕੋਈ ਮੰਗਿਆ ਤਾਂ ਤੁਸੀਂ ਦੱਸੋ ਕੋਈ ਵੀਡੀਓ ਦਿਖਾ ਦਿਓ ਉਹ ਮੈਂ ਤਾਂ ਇਹ ਕੈਂਪ ਇਹ ਮੇਰਾ ਭਰਾ ਨੂੰ ਕੋਈ ਪਰਸਨਲ ਮੈਨੂੰ ਲੱਗਦਾ ਮੇਰਾ ਛੋਟਾ ਵੀਰ ਹੈ ਕੋਈ ਇੱਦਾਂ ਦੀ ਗੱਲ ਨਹੀਂ ਥੋੜਾ ਤੈਸ ਚ ਆ ਜਾਂਦਾ ਜ਼ਿਆਦਾ ਇਹ ਮਤਲਬ ਕੋਈ ਪਰਸਨਲ ਹੋਏਗੀ ਇਹਨੂੰ ਸ਼ਾਇਦ ਕੋਈ ਗੱਲ ਨਹੀਂ ਹੋ ਜਾਂਦੀ ਉਹ ਮੇਰਾ ਭਰਾ ਹੈ ਕੋਈ ਇੱਦਾਂ ਦੀ ਮੈਂ ਕਹਿੰਦਾ ਡਾਵਰ ਸਾਹਿਬ ਦਾ ਕਹਿੰਦੇ ਨਾ ਕੰਮ ਦੀ ਗੱਲ ਉਹ ਇਹ ਮੇਰੇ ਖਿਆਲ ਮੈਂ ਵੀ ਕਿਸੇ ਪਾਰਟੀ ਨਾਲ ਭਾਈ ਭਰਾ ਮੇਰਾ ਵੀ ਜੁੜਿਆ ਭਾਈ ਮੇਰਾ ਭਤੀਜਾ ਸਮਝ ਲਓ ਮੈਂ ਉਹ ਦੱਸ ਰਿਹਾ ਉਹ ਸੁਣ ਲਓ ਜਵਾਬ
70 साल मेरे प्यो की उम्र है बुजुर्ग नीडू ना करो ना करो डिबेट चले जाओ जवाब नहीं चले जाओ सरासर गुंडागर्दी करते सामने भी गुंडागर्दी की हूं भी मनसुड़ी जी घर से बाहर खड़ी है किसी बंदे की चोरी करके चक्की इन्होंने जवाब बलात्कार च नहीं फड़िया गया जनानी नहीं फड़िया गया मिठू देखो असि तो यह कहने भी जिहड़ी अकाली दल का मुद्दा रहा हमेशा डिवेलपमेंट रहा यह कांग्रेस वालों का आही रौला रप्पा रहना ना तो इन्होंने को पंजाब दे विच लाड़ा भी मुख्यमंत्री चेहरा कौन होगा डिवेलपमेंट सिर्फ अकाली दल करवा सकता पिछली बार मुद्दों की राजनीति हुई बरगाड़ी कांड हैवी होया तो यह कहते भी अभी इंसाफ दवाएं पर कोई इंसाफ नहीं मिले मुद्दा यही चंगा विकास करावांगे चंगी शिक्षा देवांगे जिहड़े सरकारी अदारे ठीक करांगे करप्शन बंद करांगे जिहड़े लोग पहली बार बीजेपी कल्ली लड़ रही है देख रहे हो अगे श्रोमणी अकाली दल नाल सी लोग किन्ने नाल जे मेरी गल सुनो राष्ट्रीय पार्टी है जी पहला भी पूरे इंडिया दे विच राज कर रही है जी कोई पहला कोई पंजाब दे विच ठीक है कल्ले लड़ रही है जे कल्ले लड़ रही है तो तरक्की करूगी ना मैं तुहानू बार बार कह रहा करप्शन खत्म होगी शिक्षा दे विच चंगे अदारे आणगे हर पासे बीजेपी नंबर वन करके निकल जिहड़े इन्हां ने काले तुहाडे उम्मीदवार क्यों नहीं आए हल तक उम्मीदवार अज शाम तक देख सो जुगी जी पहली बार अगे 23 कैंडिडेट दिंदे हुण 117 देने आ कई पार्टियां दा गठबंधन चल रहा है सीट अज शाम तक अनाउंस हो जाएगी इन्हां नूं डर क्यों कर रहे हैं इन्हां डर किस गल दा लग रहा है इन्हां दे 80 विधायक ने इन्हां दे अपने विधायक दे विच 40 विधायक ने जिहड़े आपस च लड़ रहे ने मैं तां नहीं कोई इल्जाम ला रहा तुसीं तुहाडे कोल मैं हले तक उम्मीदवार नहीं दूजियां पार्टियां तों आ रहे ने तुहाडे कोल वी आ ते हुण जिहड़े बंदे चंगे आ तां आणगे जी जिहड़े बंदे चंगे ने ओह इक दूजे दी पार्टियां चांदे ने हुण जिहड़े बंदे माड़े उहनां नूं कोई वी नहीं लैंदा ओह धर्मसोत ते किन्ने करप्शन दे चार्ज लगे फिर भी इन्हें टिकट देती जिहड़े जिहड़े बंदे कांग्रेस दे विच लिप्त सीगे करप्शन दे विच कल्ले कल्ले टीवी दे चैनल अपनी पार्टी ने ना नवजोत सिद्धू ने किन्ने इन्हां दे इल्जाम लाए पर फिर नहीं हटे आ दस्सो गल भी 750 बंदे दी जिन्ना कि इन्हों की वजह मरिया बीजेपी की वजह 750 बंदे का आज मेरा भराओ तुम इधर आओ इधर आओ भी इधर आओ भाजी अकाली दल वाले सारे 750 बंदा किसान मरिया बीजेपी के करके भाजी मोरे ही तुम आओ आप भी मैं नहीं कहता कि भाजी साड़ी हो गई गलत कर रहे शहीद जवान शहीद किए उन्होंने राजनीति करके देश से पार्टी ले आए ये जोर मैं शराबी उम्मीदवार घोषित क्यों किया
शराब सारा पंजाब पींदा पर कोई नहीं पींदा साडा चिट्टा दा नहीं लांदा इन्होंने चिट्टा लवाया शिवा दे रेप रेप दा केस लो बीजेपी जाओ बरी हो जाओ रेप दा केस करो बीजेपी जाओ बरी हो जाओ तुसी करप्शन करो बीजेपी जाओ बरी हो जाओ जेड़ा मर्जी केस करो बरी हो जाओ मैं दसना तुसी सुब्रमण्यम स्वामी दी एक वीडियो आई है पाजी एक मिनट सुब्रमण्यम स्वामी की एक वीडियो आई है ओदे च सत्कारयोग राहुल गांधी बारे उन्होंने कहा कि ए राहुल गांधी जी ड्रग्स लेंदे है असीं नहीं कह रहे दूसरी गल भगवंत मान जी शराब पींदे है पंजाब सरकार अज तो शराब बंद करवा दे लोग पीनी बंद कर देंगे मैं एक तुहाड़ी गल च मैं बोलिया नहीं अज मोदी की गल सुन लो हुण गल मोदी की सुन लो मोदी जी इत्थे पंजाब दे विच जदों भाषण देन आए सीगे 2000 बंदा उन्होंने सुनन आया सी 10000 पुलिस वाला सीगा वो कहिंदे जदों उन्होंने इंटैलीजेंस दस्सिया कि उत्थे भीड़ तो है नहीं वो कहिंदे जी हुण अब मैं रोड से जाऊंगा 100 किलोमीटर केड़ा प्राइम मिनिस्टर बाय रोड जांदा और इहना दी आम आदमी पार्टी दा स्लोगन पता की है इहना दी आम आदमी पार्टी स्लोगन की है इदां दा शराबी मुख्यमंत्री लभणा नहीं पंजाब नूं देखो गल हो रही है सेंट्रल हल्के दी असीं सेंट्रल हल्के दे लोकां दी जिहड़ी आवाज़ आ उहदे लई डिबेट दे विच आए हां इत्थे परसनल जिहड़ी डिबेट आ उह बाद च हो सकदी है जे इसे तरीके डिबेट होनी है ते लोकां दे मुद्दे पहलां वी 5 साल नहीं सुने गए ते हुण वी किसे दे कोल नहीं जाणे इस करके जिहड़ी डिबेट आ मुद्दिआं ते होवे की मैनीफेस्टो आ पार्टियां दा अकाली दल इत्थे मैनीफेस्टो इह लैके आया है जिहड़े साडियां मातावां भैणां पढ़ियां लिखियां ने जिन्हां नूं रोज़गार नहीं मिलिआ 5 लाख रुपया उहनां नूं लोन दित्ता जाएगा अपने घर च रोज़गार करन 10 लाख रुपया एजुकेशन लोन दिता जाएगा बच्चों नूं ताकि जिहड़े 12वीं तो बाद पढ़ना चाहते ने उन्हां नूं उच्ची शिक्षा मिल सके मैडिकल फैसिलिटी जिहड़ी हैगी है 10 लाख की फ्री कर दी जाएगी अकाली दल की सरकार दे विच कोई भी अपना इलाज जाके करावे जदी हलका केंद्री दे विच वख-वख पार्टियां दे नुमाइंदियां दे नाल गल कीती आ अपनी अपने उन्होंने मुद्दे रखे ने अपनी अपनी पार्टियां दिया चोन मैनीफेस्टो रखा है जिस तरह नाल श्रोमणी अकाली दल ते बसपा ने रखा भी आने वाले 5 साल की विजन रखा गया कांग्रेस ने की विकास किया उहदे बारे कांग्रेस पार्टी के नुमाइंदियां ने दस्सिया गया ते इस तों अलावा बीजेपी बीजेपी की नवा पंजाब दा मिशन लैके आई है उहदे बारे दस्सेगा तुसीं देख सकदे हो काफ़ी ज़्यादा माहौल गर्म सीगा एक दूजे के उत्ते किस तरह नाल पार्टियां दे उत्ते चिक्कड़बाजी भी हुई आ एक दूजे के परसनल अटैक भी हो रहे लेकिन मुद्दा सानूं अगली 5 साल सरकार चुन दा जिहड़े वोटर ने अगले 5 साल किसनूं अपना मतदान करदे ने किसनूं अपना वोट अपना उम्मीदवार चुनदे ने किहड़ी सरकार जिहड़ी विधानसभा च लैके आउंदे ने जिहड़े कि लोकां दे मुद्दे चुके लोकां दी सुनवाई होवे जिस तरह दे कुछ विकास दे काम रहिंदे ने जिहड़े नहीं होए किते करप्शन होई आ नशा विकदा जुआ खेडिया जांदा जां होर जिहड़े मुद्दे ने उहनां दे हल लई ई केंद्र दी केंद्र दे लोक किहनूं अपनी वोट देणगे इह हुण आउण वाले 20 फरवरी नूं जिहड़ा पता लगूगा लेकिन इत्थे लोकां दे विच गुस्सा भी सीगा उम्मीदवारां ने एक दूजे ते काफ़ी दोष प्रति दोष भी जिहड़े लाए ने असीं फिर अगले हल्के दे विच मुलाकात करांगे तुहाडे नाल लुधियाणा तों कैमरा परसन रोहित दे नाल तरसेम भारद्वाज।